ਡਾਕਟਰ ਜਸਪਾਲ ਸਿੰਘ ਜਿਹੜੇ ਉਸ ਸਮੇਂ ਵਾਈਸ ਚਾਂਸਲਰ ਸੀਗੇ ਉੱਥੇ ਬੋਲੇ। ਉਹਨਾਂ ਨੇ ਇੱਕ ਗੱਲ ਰੱਖੀ ਜਿਹੜੀ ਦੇਖਣ ਨੂੰ ਬੜੀ ਆਮ ਲੱਗ ਸਕਦੀ ਆ ਪਰ ਬਹੁਤ ਮਹੱਤਵਪੂਰਨ ਸੀਗੀ। ਉਹ ਕਹਿੰਦੇ ਕਿ ਜਿਹੜੇ ਬੰਦੇ ਹਮਲਾ ਕਰਨ ਆਏ ਸੀਗੇ ਉਹਨਾਂ ਵਿੱਚੋਂ ਬਹੁਤੇ ਚਿਹਰੇ ਉਹ ਸੀਗੇ ਜਿਨ੍ਹਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀਗਾ ਅਤੇ ਉਹਨਾਂ ਦੇ ਨਾਲ ਸਾਡਾ ਬਹੁਤ ਵਧੀਆ ਸੰਬੰਧ ਸੀਗਾ। ਇੱਕ ਕਲਕੱਤੇ ਦਾ ਪਰਿਵਾਰ ਆ, ਉਹ ਹੁਣ ਚੱਬੇ ਰਹਿੰਦੇ ਆ, 50 ਸਾਲ ਹੋ ਗਏ ਸੀ ਉਹਨਾਂ ਨੂੰ ਕਲਕੱਤੇ ਰਹਿੰਦਿਆਂ ਹੋਇਆਂ, ਅਤੇ ਅਸੀਂ ਉੱਥੇ ਇੱਕ ਕਲੋਨੀ ਬਣੀ ਹੋਈ ਆ ਚੱਬੇ, ਅਤੇ ਉਹਦੇ 'ਚ ਹੁਣ 7-8 ਪਰਿਵਾਰ ਰਹਿੰਦੇ ਆ। ਉੱਥੇ ਮਿਲੇ ਉਹ ਮਾਈ, ਉਹ ਇੰਨੇ ਨਾਂ ਤੁਹਾਨੂੰ ਦੱਸਦੀ ਹੈ ਕਲਕੱਤੇ ਦੇ ਛੋਟੇ ਛੋਟੇ ਮੁਹੱਲਿਆਂ ਦੇ, ਸ਼ਹਿਰਾਂ ਦੇ, ਅਤੇ ਜਿਹੜੀਆਂ ਉੱਥੋਂ ਦੀਆਂ ਮਹੱਤਵਪੂਰਨ ਥਾਵਾਂ ਹੋਣਗੀਆਂ ਉਹਨਾਂ ਸਾਰਿਆਂ ਦੇ, ਜਿਹਤੋਂ ਇਹ ਪਤਾ ਲੱਗਦਾ ਕਿ ਉਹਨਾਂ ਨੇ ਆਪਣਾ ਰਹਿਣ ਸਹਿਣ ਬੜੇ ਵਧੀਆ ਤਰੀਕੇ ਦੇ ਨਾਲ ਉੱਥੇ ਦੇ ਬਣ ਕੇ ਹੀ ਉਹ ਰਹਿ ਰਹੇ ਸੀ। 50 ਸਾਲ ਹੋ ਗਏ ਸੀਗੇ, ਪੰਜਾਬ ਦੇ ਨਾਲ ਬਹੁਤਾ ਜ਼ਿਆਦਾ ਸਰੋਕਾਰ ਨਹੀਂ ਸੀਗਾ। ਉਹਨੇ ਵੀ ਇਹ ਗੱਲ ਕਹੀ ਕਿ ਜਿਹੜੇ ਹਮਲਾ ਕਰਨ ਆਏ ਉਹਨਾਂ 'ਚੋਂ ਬਹੁਤੇ ਬੰਦੇ ਉਹ ਸੀਗੇ ਜਿਨ੍ਹਾਂ ਨੂੰ ਅਸੀਂ ਜਾਣਦੇ ਸੀਗੇ। ਇੱਕ ਬੋਕਾਰੋ ਤੋਂ ਪਰਿਵਾਰ ਸੀਗਾ, ਉਹ ਬੋਕਾਰੋ ਦੇ ਵਿੱਚ ਇਕੱਲਾ ਪਰਿਵਾਰ ਸੀਗਾ ਜਿਨ੍ਹਾਂ ਦੇ ਸਭ ਤੋਂ ਵੱਧ ਜੀ 1984 ਦੇ ਵਿੱਚ ਮਾਰੇ ਗਏ। ਉਹ ਮਾਤਾ ਜੀ ਆਏ ਹੋਏ ਸੀਗੇ ਅੰਮ੍ਰਿਤਸਰ, ਅਤੇ ਉਹਨਾਂ ਨੇ ਸੰਪਰਕ ਕੀਤਾ ਉਹਨਾਂ ਦੇ ਬੇਟੇ ਨੇ ਵੀ ਮੈਂ ਚਾਹੁੰਦਾ ਵੀ ਸਾਡੀ ਮਾਤਾ ਦੇ ਨਾਲ ਤੁਸੀਂ ਗੱਲਬਾਤ ਕਰੋ ਉਸ ਸਮੇਂ ਜੋ ਵਾਪਰਿਆ ਸੀਗਾ। ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਨੇ ਵੀ ਦੱਸਿਆ, ਉਹ ਕਹਿੰਦੇ ਕਿ ਮਤਲਬ ਉਹਨਾਂ ਦੇ ਮਾਤਾ ਜੀ ਸਿਲਾਈ ਸਿਖਾਉਂਦੇ ਸੀ, ਉਹ ਕਹਿੰਦੇ ਕਿ ਬਹੁਤ ਜਿਹੜੇ ਹਮਲਾ ਕਰਨ ਆਏ ਜਿਨ੍ਹਾਂ ਨੇ ਸਾਡੇ ਮਾਂ ਪਿਓ ਭਰਾਵਾਂ ਨੂੰ ਜੀਜੇ ਨੂੰ ਮਾਰਿਆ, ਵੀ ਉਹ ਬੰਦੇ ਉਹ ਸੀਗੇ ਜਿਨ੍ਹਾਂ ਦੀਆਂ ਭੈਣਾਂ ਸਾਡੀ ਮਾਤਾ ਦੇ ਕੋਲੋਂ ਸਿਲਾਈ ਸਿੱਖਣ ਆਉਂਦੀਆਂ ਸੀਗੀਆਂ। ਤੂੰ ਕਹਿੰਦੇ ਵੀ ਕੁਛ ਇੱਕ ਬੰਦੇ ਜਿਹੜੇ ਮੈਂ ਆਪਣੀ ਅੱਖੀਂ ਦੇਖੇ, ਕਿਉਂਕਿ ਉਹ ਸਿਰਫ 4 ਭੈਣਾਂ ਹੀ ਬਚੀਆਂ ਸੀਗੀਆਂ ਕਿਸੇ ਵਿਧ ਕਰਕੇ, ਉਹ ਕਹਿੰਦੇ ਕਿ ਉਹ ਉਹਨਾਂ ਵਿੱਚੋਂ ਕਈ ਬੰਦੇ ਉਹ ਸੀਗੇ ਜਿਨ੍ਹਾਂ ਦਾ ਸਾਡੇ ਭਰਾ ਨਾਲ ਬਹੁਤ ਵਧੀਆ ਸੰਬੰਧ ਸੀਗਾ। ਸੋ ਇੱਕ ਗੱਲ ਤਾਂ ਇਹਦੇ ਵਿੱਚੋਂ ਇਹ ਆਉਂਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਲ ਇਹ ਵਾਪਰਿਆ ਉਹਨਾਂ ਨੂੰ ਜਾਣ ਪਛਾਣ ਵਾਲੇ ਆਮ ਵਿਚਰਨ ਵਾਲੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਮਾਰਿਆ। ਇਹਦੇ ਵਿੱਚੋਂ ਇਹ ਧਾਰਨਾ ਨਿਕਲਦੀ ਹੈ ਕਿ ਜਿਹੜੀ ਆਮ ਇਹ ਗੱਲ ਕਹੀ ਜਾਂਦੀ ਨਾ ਐਂਟੀ ਸੋਸ਼ਲ ਐਲੀਮੈਂਟ ਆ ਗਏ, ਹੋਰ ਬੰਦੇ ਆ ਗਏ, ਕੋਈ ਬਾਹਰੋਂ ਪਹਾੜੇ 'ਤੇ ਬੰਦੇ ਲੈਂਦੇ ਸੀਗੇ, ਵੀ ਇਹ ਗੱਲ ਬਹੁਤੀ ਜ਼ਿਆਦਾ ਠੀਕ ਨਹੀਂ ਹੈਗੀ ਕਿ ਆਮ ਸਮਾਜ ਦੇ ਵਿੱਚ ਵਿਚਰਦਿਆਂ ਸਾਡੇ ਆਲੇ ਦੁਆਲੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਇੱਕ ਖਾਸ ਹਾਲਾਤ ਦੇ ਵਿੱਚ ਉਹਨਾਂ ਲੋਕਾਂ ਦਾ ਕਤਲੇਆਮ ਕੀਤਾ ਜਿਨ੍ਹਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਸੰਬੰਧ ਵੀ ਸੀਗੇ। ਸੋ ਇੱਥੋਂ ਮਤਲਬ ਇੱਕ ਗੱਲ ਸਮਝਣੀ ਬਣਦੀ ਹੈ ਕਿ ਉਸ ਸਮੇਂ ਕਿਸੇ ਵੀ ਬੰਦੇ ਦੀਆਂ ਬਹੁਤ ਸਾਰੀਆਂ ਪਛਾਣਾਂ ਹੁੰਦੀਆਂ, ਇੱਕ ਨਿੱਜੀ ਪਛਾਣ ਹੁੰਦੀ ਹੈ, ਇੱਕ ਪਰਿਵਾਰਕ ਹੁੰਦੀ ਹੈ, ਇੱਕ ਤੁਹਾਡੇ ਧਰਮ ਦੇ ਨਾਲ ਤੁਹਾਡੀ ਕੌਮ ਦੇ ਨਾਲ ਜੁੜੀ ਹੁੰਦੀ ਹੈ, ਇੱਕ ਅਸੀਂ ਆਪਣੀ ਜਿੱਥੇ ਅਸੀਂ ਰਹਿੰਦੇ ਹਾਂ ਅਸੀਂ ਉਹਦੇ ਨਾਲ ਜੋੜ ਕੇ ਵੀ ਆਪਣੀ ਇੱਕ ਪਛਾਣ ਬਣਾਉਂਦੇ ਹਾਂ। ਕਿ ਜਦੋਂ ਬੰਦਿਆਂ ਨੂੰ ਇਸ ਗੱਲ ਦੇ ਉੱਪਰ ਝਟਕਾ ਲੱਗਾ ਕਿ ਸਾਡਾ ਕਸੂਰ ਕੋਈ ਨਹੀਂ, ਉਹਦੇ ਬਾਵਜੂਦ ਸਾਡੇ ਨਾਲ ਇਹ ਗੱਲ ਵਾਪਰੀ ਹੈ, ਤਾਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜਦੋਂ ਇੱਕ ਖਾਸ ਤਰ੍ਹਾਂ ਦੇ ਸਿਆਸੀ ਹਾਲਾਤ ਬਣਦੇ ਨੇ ਉਹਨਾਂ ਦੇ ਵਿੱਚੋਂ ਬਾਕੀ ਸਾਰੀਆਂ ਗੱਲਾਂ ਥੱਲੇ ਹੋ ਕੇ ਜਿਹੜੀ ਤੁਹਾਡੀ ਕੇਂਦਰੀ ਪਛਾਣ ਹੈ, ਜਿਹਦੇ ਚਾਹੇ ਬੇਸ਼ੱਕ ਅਸੀਂ ਚਿੰਨ ਮਾਤਰ ਹੀ ਧਾਰਨ ਕੀਤੇ ਹੋਣ ਜਾਂ ਉਹਦੇ ਸਰੋਕਾਰਾਂ ਦੇ ਨਾਲ, ਜਿਹੜੇ ਸਰੋਕਾਰਾਂ ਦੀ ਆਪਾਂ ਪੰਥਦਿਆਂ ਦੀ ਗੱਲ ਕਰਦੇ ਹਾਂ, ਆਪਣੇ ਆਪ ਨੂੰ ਭਾਵੇਂ ਉਹਨਾਂ ਦੇ ਨਾਲ ਅਸੀਂ ਆਪਣੀ ਸ਼ਨਾਖਤ ਨਾ ਕਰਦੇ ਹੋਈਏ, ਦੂਸਰੇ ਬੰਦੇ ਨੇ ਤੁਹਾਨੂੰ ਉੱਥੋਂ ਖੜ ਕੇ ਹੀ ਦੇਖਣਾ ਹੁੰਦਾ। ਸੋ ਇੱਕ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚੋਂ ਸਿੱਖਣ ਵਾਲੀ ਗੱਲ ਇਹ ਹੈਗੀ ਹੈ ਕਿ ਬੇਸ਼ੱਕ ਆਪਣੇ ਵੱਲੋਂ ਤੁਸੀਂ ਜਿੰਨੇ ਮਰਜ਼ੀ ਕਿਤੇ ਵੀ ਐਡਜਸਟ ਹੋਣ ਦੀ ਕੋਸ਼ਿਸ਼ ਕਰੋ, ਤੁਹਾਡੇ ਕੇਂਦਰ ਦੇ ਉੱਪਰ ਕਿਹੜੀ ਗੱਲ ਚੱਲ ਰਹੀ ਹੈ ਉਸ ਗੱਲ ਨੇ ਹੋਣੀ ਦੇ ਉੱਪਰ ਅਸਰ ਪਾਉਣਾ ਹੀ ਪਾਉਣਾ।
ਹੈ।